ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੇਸ਼ ਵਿਦੇਸ਼ ਵਿੱਚ ਰੁਮਾਲਾ ਸਾਹਿਬ ਦੀ ਹੋ ਰਹੀ ਬੇਅਦਬੀ, ਕਿਤੇ ਇਹਨਾਂ ਨੂੰ ਪਾਣੀ ਵਿੱਚ ਸੁੱਟਿਆ ਜਾ ਰਿਹਾ। ਕਿਤੇ ਕੂੜੇ ਵਿੱਚ ਸੁੱਟਿਆ ਜਾ ਰਿਹਾ। ਕਿਤੇ ਅੱਗ ਲਾਈ ਜਾ ਰਹੀ ਹੈ ਅਤੇ ਕਿਤੇ ਇਸ ਨੂੰ ਵੇਚਿਆ ਜਾ ਰਿਹਾ। ਹੁਣ ਕੋਈ ਇਹ ਨਾ ਕਹਿ ਦੇ ਕਿ ਇਹ RSS ਦੀ ਚਾਲ ਹੈ, ਬਲਕਿ ਇਹ ਸਭ ਸਾਡੀਆਂ ਹੀ ਨਦਾਨੀਆਂ ਨੇ। ਆਓ, ਇਸ ਨੂੰ ਰੋਕਣ ਲਈ ਸਾਨੂੰ ਸਾਰਿਆਂ ਨੂੰ ਹਿੰਮਤ ਕਰਨ ਦੀ ਜ਼ਰੂਰਤ ਹੈ। ਤੁਹਾਡੇ ਸੁਝਾਵਾਂ ਦੀ ਲੋੜ ਹੈ ਕਿ ਕਿਸ ਤਰ੍ਹਾਂ ਇਸ ਮਸਲੇ ਦਾ ਹੱਲ ਕੱਢਿਆ ਜਾਏ। ਤੁਸੀਂ ਆਪਣੀ ਰਾਏ ਹੇਠਾਂ ਲਿਖ ਕੇ ਦੱਸ ਸਕਦੇ ਹੋ। ਦਾਸ ਵੱਲੋਂ ਵੀ ਇੱਕ ਸੁਝਾਅ ਹੈ ਕਿ ਸਭ ਤੋਂ ਪਹਿਲਾਂ ਸਾਨੂੰ ਰੁਮਾਲਾ ਸਾਹਿਬ ਭੇਟ ਕਰਨ ਦੀ ਥਾਂ ਗੁਰਦੁਆਰੇ ਦੇ ਕਾਰਜਾਂ ਲਈ ਜਾਂ ਜਿੱਥੇ ਲੋੜ ਹੋਵੇ ਉੱਥੇ ਪੈਸੇ ਨੂੰ ਦਾਨ ਕੀਤਾ ਜਾਵੇ, ਜਿਵੇਂ ਸਕੂਲਾਂ ਵਿੱਚ, ਗਰੀਬਾਂ ਵਿੱਚ, ਲੋੜਵੰਦਾਂ ਵਿੱਚ, ਇਹੋ ਜਿਹੀ ਜਗ੍ਹਾ 'ਤੇ ਦਾਨ ਦਿੱਤਾ ਜਾਵੇ। ਕਈ ਲੋਕ ਇਸ ਤਰ੍ਹਾਂ ਵੀ ਸੋਚਦੇ ਹਨ ਕਿ ਜੇ ਅਸੀਂ ਕਿਸੇ ਲੋੜਵੰਦ ਨੂੰ ਦੇਵਾਂਗੇ ਤਾਂ ਸਾਡੇ ਵੱਲ ਵੇਖੇਗਾ ਕੌਣ, ਕੌਣ ਸਾਡੀ ਵਾਹ ਵਾਹ ਕਰੇਗਾ। ਯਾਦ ਰੱਖੋ, ਵਾਹਿਗੁਰੂ ਤੁਹਾਡੇ ਹੱਥ ਵੱਲ ਨਹੀਂ, ਤੁਹਾਡੇ ਮਨ ਵੱਲ ਦੇਖਦਾ ਹੈ ਕਿ ਤੁਸੀਂ ਕਿਸ ਦੀ ਕਿਸ ਤਰ੍ਹਾਂ ਮਦਦ ਕਰਦੇ ਹੋ। ਦੂਸਰਾ ਸੁਝਾਅ ਇਹ ਹੈ ਕਿ ਜੇ ਕਿਸੇ ਨੇ ਰੁਮਾਲਾ ਸਾਹਿਬ ਹੀ ਭੇਟ ਕਰਨਾ ਹੈ ਤਾਂ ਉਹ ਕਿਸੇ ਦੁਕਾਨ ਤੋਂ ਨਹੀਂ ਬਲਕਿ ਸਿਰਫ ਗੁਰਦੁਆਰਾ ਸਾਹਿਬ ਤੋਂ ਹੀ ਲਿਆ ਜਾਏ, ਜਿਸ ਨਾਲ ਰੁਮਾਲਾ ਸਾਹਿਬ ਜ਼ਿਆਦਾ ਇਕੱਠੇ ਨਹੀਂ ਹੋਣਗੇ। ਅਤੇ ਅੰਤ ਵਿੱਚ ਜੋ ਵੀ ਗੁਰਦੁਆਰਾ ਸਾਹਿਬ ਵਿੱਚ ਰੁਮਾਲਾ ਸਾਹਿਬ ਜੀ ਨੂੰ ਵੇਚਿਆ ਜਾਂ ਸੁੱਟਿਆ ਜਾ ਰਿਹਾ ਹੈ ਉਹ ਇਹ ਕੰਮ ਨਾ ਕਰਨ, ਬਲਕਿ ਇਹਨਾਂ ਰੁਮਾਲਿਆਂ ਨੂੰ ਗਰੀਬਾਂ ਵਿੱਚ ਵੰਡ ਦੇਣ ਜਾਂ ਜਿਸ ਗੁਰਦੁਆਰਾ ਸਾਹਿਬ ਲੋੜ ਹੋਵੇ ਉੱਥੇ ਪਹੁੰਚਾਏ ਜਾਣ। ਰੁਮਾਲਾ ਸਾਹਿਬ ਦੀ ਬੇਕਦਰੀ ਨੂੰ ਰੋਕਣ ਲਈ ਸ਼੍ਰੋਮਣੀ ਕਮੇਟੀ ਕੋਈ ਇਸ ਤਰ੍ਹਾਂ ਦਾ ਮਤਾ ਜ਼ਰੂਰ ਪਾਸ ਕਰੇ ਜਿਸ ਨਾਲ ਇਹ ਸਭ ਰੋਕਿਆ ਜਾ ਸਕੇ। ਆਪ ਸਭ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।